ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 22 ਸਾਲਾਂ ਬਾਅਦ ਮਰਿਆ ਹੋਇਆ ਪਤੀ ਆਪਣੀ ਪਤਨੀ ਤੋਂ ਇਹ ਚੀਜ਼ ਲੈਣ ਲਈ ਆਇਆ ਵਾਪਸ ਤਾਜ਼ਾ ਵੱਡੀ ਖਬਰ ਆ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵਾਅਦ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ 22 ਸਾਲਾਂ ਬਾਅਦ ਮਰੇ ਹੋਏ ਪਤੀ ਨੂੰ ਵਾਪਸ ਦੇਖ ਕੇ ਪਤਨੀ ਵੱਲੋਂ ਉਸ ਦਾ ਖੁਲਾਸਾ ਕਰ ਦਿੱਤਾ ਗਿਆ ਜੋ ਆਪਣੀ ਪਤਨੀ ਤੋਂ ਇਹ ਚੀਜ਼ ਲੈਣ ਲਈ ਵਾਪਸ ਆਇਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਾਮਲਾ ਚਾਰਖਣੇ ਤੋਂ ਸਾਹਮਣੇ ਆਇਆ ਜਿੱਥੇ ਸੇ ਮੋਰਾ ਪਿੰਡ ਦੇ ਵਿੱਚ ਉਸ ਸਮੇਂ ਹਲਚਲ ਪੈਦਾ ਹੋ ਗਈ ਜਦੋਂ ਉੱਥੇ ਸ਼ਾਹ ਨਾਮ ਦੇ ਵਿਅਕਤੀ ਨੂੰ ਮੋੜ 22 ਸਾਲਾਂ ਬਾਅਦ ਪਿੰਡ ਦੇ ਵਿੱਚ ਵੇਖ ਕੇ ਸਾਰੇ ਪਿੰਡ ਦੇ ਲੋਕ ਹੈਰਾਨ ਹੋ ਗਏ ਕਿਉਂਕਿ 22 ਸਾਲਾਂ ਵਿਅਕਤੀ ਇਹ 22 ਸਾਲ ਪਹਿਲਾਂ ਆਪਣੇ ਪਰਿਵਾਰ ਨੂੰ ਵਿਅਕਤੀ ਛੱਡ ਕੇ ਚਲਾ ਗਿਆ ਸੀ ਤੇ ਸੰਨਿਆਸੀ ਬਣ ਗਿਆ ਸੀ। ਤਸਵੀਰ ਤੁਸੀਂ ਉਸ ਦੀ ਆਪਣੇ ਫੋਨ ਦੀ ਡਿਸਪਲੇ ਤੇ ਦੇਖ ਸਕਦੇ ਹੋ ਹੁਣ 22 ਸਾਲ ਬੀਤ ਜਾਣ ਤੇ ਇਨਸਾਨ ਜੋਗੀ ਬਣ ਕੇ ਆਪਣੀ ਪਤਨੀ ਦੇ ਕੋਲੇ ਭੀਖ ਮੰਗਣ ਲਈ ਆਇਆ ਤਾਂ ਉਸ ਦੀ ਪਤਨੀ ਵੱਲੋਂ ਉਸ ਨੂੰ ਪਹਿਚਾਣ ਲਿਆ ਗਿਆ ਇਸ ਦੌਰਾਨ ਪਿੰਡ ਦੇ ਲੋਕ ਉਸ ਜਗ੍ਹਾ ਉੱਪਰ ਇਕੱਠੇ ਹੋ ਗਏ ਜਿਨ੍ਹਾਂ ਨੇ ਉਸ ਦੀ ਪਹਿਚਾਣ ਨੂੰ ਸਹੀ ਦੱਸਿਆ ਸਭ ਲੋਕਾਂ ਦੇ ਜ਼ੋਰ ਦੇਣ ਤੇ ਜੋਗੀ ਬਣਿਆ ਹੋਇਆ ਇਨਸਾਨ ਮੰਨ ਗਿਆ ਤੇ ਉਹ ਉਸ ਦੀ ਅਸਲੀ ਪਹਿਚਾਣ ਹੈ ਜਦੋਂ ਸ਼ਾਹ ਨੇ ਕਿਹਾ ਕਿ ਉਹ ਸਿਰਫ ਆਪਣੀ ਪਤਨੀ ਤੋਂ ਭੀਖ ਲੈਣ ਦੇ ਲਈ ਆਇਆ ਬਿਨਾਂ ਉਸ ਦੀ ਭੀਖ ਤੋਂ ਉਸ ਨੂੰ ਸਿੱਧੀ ਪ੍ਰਾਪਤ ਨਹੀਂ ਹੋ ਸਕਦੀ ਜਦੋਂ 22 ਸਾਲ ਬੀਤ ਜਾਣ ਤੇ ਉਹ ਇਨਸਾਨ ਜੋਗੀ ਬਣ ਕੇ ਆਪਣੀ ਪਤਨੀ ਕੋਲੇ ਭੀਖ ਮੰਗਣ ਆਇਆ ਤਾਂ ਉਸ ਦੀ ਪਤਨੀ ਵੱਲੋਂ ਉਸ ਨੂੰ ਪਹਿਚਾਣ ਲਿਆ ਗਿਆ ਪਿੰਡ ਦੇ ਲੋਕਾਂ ਵੱਲੋਂ ਉਸ ਨੂੰ ਆਪਣੇ ਪਰਿਵਾਰ ਦੇ ਨਾਲ ਰਹਿਣ ਲਈ ਆਖਿਆ ਗਿਆ ਪਰ ਉਸ ਨੇ ਫਿਰ ਇਨਕਾਰ ਕਰ ਦਿੱਤਾ ਉਸ ਦੇ ਇਲਾਕੇ ਦੇ ਡਿਗਰੀ ਕਾਲਜ ਵਿੱਚ ਸ਼ਰਨ ਲਈ ਹੋਈ ਆ ਅਜੇ ਵੀ ਉਹ ਉਸੇ ਇਲਾਕੇ ਦੇ ਵਿੱਚ ਘੁੰਮ ਰਿਹਾ ਜੋ ਆਪਣੀ ਪਤਨੀ ਤੋਂ ਭੀਖ ਲੈ ਸਕੇ 22 ਸਾਲਾਂ ਪਹਿਲਾਂ ਇਹ ਵਿਅਕਤੀ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਕੇ ਚਲਾ ਗਿਆ ਸੀ ਉਸ ਦੀ ਪਤਨੀ ਵੱਲੋਂ ਲੋਕਾਂ ਦੀ ਸਹਾਇਤਾ ਨਾਲ ਆਪਣੇ ਬੱਚੇ